ਤੇ ਧਿਆਨ ਦਿਆ ਜੀ, ਜਦੋਂ ਗੱਲ ਚੱਲਦੀ ਹੈ ਨਾ ਵੀ ਸਰਸਾ ਤੇ ਆ ਕੇ ਵਿਛੋੜਾ ਪੈ ਗਿਆ, ਤੇ ਕਈ ਸੱਜਣ ਇੱਥੇ ਇਹ ਜ਼ਿਕਰ ਕਰਦੇ ਸਾਡਾ ਜਾਨੀ, ਸਾਡਾ ਮਾਲੀ, ਜਾਨੀ ਕਿਹਾ ਜਾਂਦਾ ਜਾਨਾਂ ਦਾ ਨੁਕਸਾਨ ਹੋ ਜਾਣਾ, ਮਾਲੀ ਕਿਹਾ ਜਾਂਦਾ ਜਿਹੜਾ ਸਾਡਾ ਆਰਥਿਕ ਤੌਰ 'ਤੇ ਨੁਕਸਾਨ ਹੋਣਾ, ਜਿਵੇਂ ਉਹਦੇ ਵਿੱਚ ਸਾਡਾ ਸਮਾਨ ਰੁੜ ਜਾਣਾ, ਜੰਗੀ ਸਮਾਨ ਰੁੜ ਜਾਣਾ, ਹੋਰ ਸਾਡੇ ਘੋੜੇ ਰੁੜ ਜਾਣੇ, ਤੇ ਧਿਆਨ ਦਿਆ ਜੇ ਜਾਨੀ ਅਤੇ ਮਾਲੀ। ਪਰ ਮੈਂ ਛੋਟੀ ਜਿਹੀ ਇੱਕ ਬੇਨਤੀ ਕਰਾਂ, ਬਹੁਤੇ ਵਿਦਵਾਨ ਦੱਸਦੇ ਨਹੀਂ ਪਏ ਵੀ ਸਰਸਾ ਦੇ ਵਿੱਚ ਸਾਡਾ ਸਾਹਿਤਕ ਨੁਕਸਾਨ ਵੀ ਹੋਇਆ। ਬੋਲੋ ਨਾ, ਕਿਹੜਾ ਨੁਕਸਾਨ? ਸਾਹਿਤਕ ਨੁਕਸਾਨ, ਅਤੇ ਕਿੱਡਾ ਭਾਰੀ ਨੁਕਸਾਨ ਹੋਇਆ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਬੜਾ ਵੱਡਾ ਖਜ਼ਾਨਾ ਸੀ, ਦੇਖੋ ਵਿਦਵਾਨਾਂ ਨੇ ਆਪੋ ਆਪਣੇ ਹਵਾਲੇ ਦਿੱਤੇ ਨੇ, ਕਿਸੇ ਨੇ ਤਾਂ ਲਿਖਿਆ ਜੀ 52 ਕਵੀ, ਕਿੰਨੇ ਲਿਖਿਆ? ਬੋਲੋ ਵੀ ਤੁਸੀਂ ਸੁਣਦੇ ਆਏ ਹੋ ਕੀ ਲਿਖਿਆ? 52 ਕਵੀ ਆਮ ਕਰਕੇ ਸੁਣਿਆ ਨਾ ਤੁਸੀਂ, ਪਰ ਪ੍ਰੋਫੈਸਰ ਪਿਆਰਾ ਸਿੰਘ ਪਦਮ ਦਰਬਾਰੀ ਰਤਨ ਕਿਤਾਬ ਦੇ ਵਿੱਚ ਲਿਖਦੇ ਨੇ, ਕਹਿੰਦੇ ਗਿਣਤੀ ਜ਼ਰੂਰੀ ਨਹੀਂ ਵੀ 52 ਤੇ ਆ ਕੇ ਖਤਮ ਸੀ, 53 ਆ ਗਿਆ ਤੇ ਦਰਬਾਰੋਂ ਬਾਹਰ, ਕਹਿੰਦੇ ਗਿਣਤੀ 80 ਵੀ ਟੱਪਦੀ ਰਹੀ ਹੈ। ਧਿਆਨ ਦਿਆ ਜੇ ਗਿਣਤੀ 80 ਵੀ ਟੱਪਦੀ ਰਹੀ ਹੈ, ਕਿਉਂਕਿ ਵਿਦਵਾਨਾਂ ਦੇ ਕਦਰਦਾਨ ਨੇ ਨਾ ਮੇਰੇ ਸੱਚੇ ਪਾਤਸ਼ਾਹ, 80 ਵੀ ਟੱਪਦੀ ਰਹੀ ਹੈ, ਤੇ ਜਦੋਂ ਕੰਮ ਕਾਰ ਦੇ ਦਿਨ ਹੁੰਦੇ ਨੇ, ਸੀਜ਼ਨ ਦੇ ਦਿਨ ਹੁੰਦੇ ਨੇ, ਤੇ ਗਿਣਤੀ ਘੱਟ ਕੇ 50-40 ਵੀ ਰਹਿੰਦੀ ਰਹੀ ਹੈ। ਹੁਣ ਕੋਈ ਬੰਦਿਸ਼ ਥੋੜ੍ਹਾ ਸੀ ਵੀ 52 ਤੋਂ ਉੱਤੇ ਨਹੀਂ ਰੱਖਣਾ, ਪਰ ਪ੍ਰਚਲਿਤ ਹੋ ਗਿਆ ਵੀ ਸਾਹਿਬ ਦੇ ਦਰਬਾਰ ਦੇ ਅੰਦਰ 52 ਕਵੀ, ਤੇ ਕਵੀਆਂ ਨੇ ਅਨੇਕ ਤਰੀਕੇ ਦੇ ਕੀਤੇ ਉਲੱਥੇ। ਪਾਤਸ਼ਾਹ ਕਹਿੰਦੇ ਮੈਂ ਆਪਣੇ ਸਿੱਖ ਨੂੰ ਅਨਪੜ੍ਹ ਨਹੀਂ ਰਹਿਣ ਦੇਣਾ। ਧਿਆਨ ਦਿਆ ਜੀ, ਬੜੀ ਵੱਡੀ ਗੱਲ ਸੀ ਨਾ। ਹੁਣ ਤੁਸੀਂ ਪੁੱਛੋਗੇ ਵੀ ਇਹਦੇ ਵਿੱਚ ਕਾਰਨ ਬੜਾ ਵੱਡਾ ਸੀ। ਬ੍ਰਾਹਮਣ ਆਪਣੇ ਨਿਯਮ ਦੇ ਮੁਤਾਬਕ ਇਹ ਗੱਲ ਕਹਿੰਦਾ ਸੀ, ਕਹਿੰਦਾ ਵੀ ਸ਼ੂਦਰੋ ਤੁਹਾਡਾ ਕੰਮ ਪਤਾ ਕੀ ਹੈ? ਪੁੱਛਿਆ ਜੀ ਕੀ ਹੈ? ਕਹਿੰਦੇ ਆਪਣੇ ਤੋਂ ਉੱਚੇ ਵਰਣਾਂ ਦੀ ਸੇਵਾ ਕਰਨੀ, ਆਹ ਤੁਹਾਡਾ ਕੰਮ ਹੈ।